ਦੇਖਿਆ ਇਸ ਦਾਦੀ ਨੇ ਕਿਵੇਂ ਸਾਰੇ ਆਪਣੇ ਮਗਰ ਲਾਏ ਹੋਏ ਆ, ਉਵੇਂ ਡਿਟਰਮੀਨੈਂਟ ਨੇ ਆਪਾਂ ਨੂੰ ਕਿਵੇਂ ਆਪਣੇ ਮਗਰ ਲਾਇਆ ਹੋਇਆ, ਆਓ ਦੇਖੀਏ। ਚੈਪਟਰ 4 ਡਿਟਰਮੀਨੈਂਟ ਕਰਨ ਲੱਗੇ ਆ। ਆਪਾਂ ਹੁਣੇ ਮੈਟ੍ਰਿਸਿਸ ਕੀਤਾ ਹੈ ਕਿ ਹੁਣ ਡਿਟਰਮੀਨੈਂਟ ਕਰੋ। ਪਹਿਲਾਂ ਸਿੰਪਲ ਜਿਹਾ ਇੱਕ ਫੰਡਾ ਮੈਟ੍ਰਿਕਸ ਤੇ ਡਿਟਰਮੀਨੈਂਟ ਕੀ ਫਰਕ ਹੈ। ਲਿਖਣਾ ਪੈਂਦਾ ਨਾ ਵੀ ਮਲਟੀਪਲਾਈ ਕਰ ਲੋ ਚਾਹੇ ਦੋ ਮੈਟ੍ਰਿਕਸ ਨੂੰ ਗੁਣਾ ਕਰ ਲੋ, ਜਵਾਬ ਮੈਟ੍ਰਿਕਸ। ਡਿਟਰਮੀਨੈਂਟ ਸਿਰਫ ਇੱਕ ਨੰਬਰ ਆ। ਜਦੋਂ ਆਪਾਂ ਡਿਟਰਮੀਨੈਂਟ ਸੋਲਵ ਕਰਦੇ ਹਾਂ ਜਵਾਬ ਚ ਇੱਕ ਨੰਬਰ 5 ਜੋ ਵੀ ਗੁਣਾ ਟੇਢੀ ਜ਼ਰੂਰੀ ਨਹੀਂ, ਉਹ ਆਪਾਂ ਤਰੀਕਾ ਕਰਾਂਗੇ, ਲੇਕਿਨ ਜਵਾਬ ਹਮੇਸ਼ਾ ਇੱਕ ਨੰਬਰ ਹੀ ਆਉਂਦਾ। ਇੱਥੇ ਚਾਹੇ ਆਪਾਂ ਮੈਟ੍ਰਿਕਸ ਜੋੜ ਲਈਏ ਜਾਂ ਮਾਈਨਸ ਕਰ ਲਈਏ ਜਾਂ ਗੁਣਾ ਕਰ ਲਈਏ, ਜਵਾਬ ਪੂਰਾ ਦਾ ਪੂਰਾ ਮੈਟ੍ਰਿਕਸ। ਇਹ ਮੇਨ ਫਰਕ ਹੈ। ਤਾਂ ਇੱਥੋਂ ਹੀ ਪਤਾ ਚੱਲਦਾ ਕਿ ਡਿਟਰਮੀਨੈਂਟ ਕੀ ਹੁੰਦਾ ਹੈ। ਕਹਿੰਦਾ ਡਿਟਰਮੀਨੈਂਟ ਕਿੰਨਾ ਨਿਕਲਦਾ, ਹਮੇਸ਼ਾ ਨਿਕਲਦਾ ਮੈਟ੍ਰਿਕਸ ਦਾ। ਕਿਸੇ ਵੀ ਸਕੇਅਰ ਮੈਟ੍ਰਿਕਸ ਦਾ ਜਦੋਂ ਆਪਾਂ ਇੱਕ ਵੈਲਿਊ ਕੱਢਣੀ ਹੋਵੇ, ਇੱਕ ਵੈਲਿਊ ਬਸ, ਕਿਸੇ ਵੀ ਮੈਟ੍ਰਿਕਸ ਦੀ ਵੈਲਿਊ ਕੱਢਣ ਲਈ ਕੀ ਵਰਤ ਰਹੇ ਹਾਂ, ਡਿਟਰਮੀਨੈਂਟ। ਕੀ ਵਰਤ ਰਹੇ ਹਾਂ, ਡਿਟਰਮੀਨੈਂਟ। ਤਾਂ ਇਹ ਵੈਲਿਊ ਤਾਂ ਹੁਣ ਕਿਸੇ ਚੀਜ਼ ਦੀ ਇੱਕੋ ਹੀ ਹੋਊਗੀ, ਹਾਂਜੀ। ਤਾਂ ਇਸ ਕਰਕੇ ਹਮੇਸ਼ਾ ਇੱਕ ਨੰਬਰ ਆਉਂਦਾ। ਸਮਝ ਲੱਗ ਗਈ? ਹੁਣ ਜਿਵੇਂ ਆਪਾਂ ਮੰਨ ਲਓ ਆਹ ਕੋਈ ਮੈਟ੍ਰਿਕਸ ਹੈ, ਹੁਣ ਆਪਾਂ ਇਹਦੀ ਵੈਲਿਊ ਕੱਢਣੀ ਹੈ, ਤਾਂ ਆਪਾਂ ਜੋ ਵੀ ਤਰੀਕਾ ਲਾਵਾਂਗੇ ਉਸ ਤੋਂ ਪਹਿਲਾਂ ਇਹਦਾ ਇਕੱਲਾ ਇੱਕ ਅੰਤਰ ਆ। ਹਾਂਜੀ, ਸਮਝ ਲੱਗ ਗਈ? ਇੰਨੀ ਤਾਂ ਪਤਾ ਚੱਲ ਗਈ ਡਿਟਰਮੀਨੈਂਟ ਮੈਟ੍ਰਿਕਸ ਹੈ ਕਿ ਹੈ। ਡਿਟਰਮੀਨੈਂਟ ਦਾ ਬੇਸ ਮੈਟ੍ਰਿਕਸ ਹੀ ਹੈ, ਬਣਿਆ ਡਿਟਰਮੀਨੈਂਟ ਨਿਕਲਦਾ ਕਿੱਥੋਂ ਆ, ਮੈਟ੍ਰਿਕਸ ਤੋਂ। ਪਰ ਇਹ ਜ਼ਿਆਦਾ ਮੋਡੀਫਾਈਡ ਹੈ, ਮੈਟ੍ਰਿਕਸ ਦਾ ਜਵਾਬ ਵੱਡਾ ਮੈਟ੍ਰਿਕਸ ਆਉਂਦਾ, ਡਿਟਰਮੀਨੈਂਟ ਹਮੇਸ਼ਾ ਜਵਾਬ ਇੱਕ ਨੰਬਰ। ਹੁਣ ਜਿਵੇਂ ਮੈਂ ਕਹਿੰਦੀ ਹਾਂ ਕਿ ਮੈਥ ਵਿੱਚ ਹਰ ਚੀਜ਼ ਦਾ ਇੱਕ ਸਿੰਬਲ ਹੈ, ਇੱਕ ਦਾ ਡਿਟਰਮੀਨੈਂਟ ਦਾ ਨਿਸ਼ਾਨ ਦੋ ਲਾਈਨ। ਕਈ ਲੋਕ ਇਹਨੂੰ ਡਿਟਰਮੀਨੈਂਟ ਵੀ ਲਿਖਦੇ, ਜਿਵੇਂ ਏ ਦਾ ਕੱਢਣਾ ਤਾਂ ਡਿਟਰਮੀਨੈਂਟ। ਸਭ ਤੋਂ ਪਹਿਲਾਂ 2/2 ਦਾ ਦੇਖੀਏ, ਮੈਂ ਇੱਕ ਨੂੰ ਹੀ ਸਿੰਪਲ ਜਿਹਾ ਲੈ ਲੈਂਦੀ, ਠੀਕ ਹੈ ਜੀ। ਸੋਲਵ ਕਰਨ ਦਾ ਇੱਕੋ ਹੀ ਤਰੀਕਾ, ਠੀਕ ਹੈ। ਉਸ ਤਰੀਕੇ ਨੂੰ ਜੇ ਆਪਾਂ ਸਮਝ ਲਈਏ ਤਾਂ ਚਾਹੇ ਆਰਡਰ 3/3 ਦਾ ਆ ਜਾਏ, ਚਾਹੇ ਆਰਡਰ 4/4 ਦਾ ਆ ਜਾਏ, ਤਰੀਕਾ ਸੇਮ ਹੀ ਰਹਿੰਦਾ। ਜੇ ਆਪਾਂ ਆਰਡਰ ਵਾਈਜ਼ ਦੇਖਾਂਗੇ ਕਿ ਜੇ 2/2 ਦਾ ਆ ਗਿਆ ਤਾਂ ਐਵੇਂ ਕਰਨਾ, 3/3 ਦਾ ਆ ਗਿਆ ਐਵੇਂ ਕਰਨਾ, ਫਿਰ ਕਨਫਿਊਜ਼ ਹੁੰਦੇ ਰਹਾਂਗੇ, ਠੀਕ ਹੈ। ਕੀ ਹੈ ਤਰੀਕਾ, ਐਲੀਮੈਂਟ ਦੇਖੀਏ। ਹੁਣ ਆਪਾਂ ਮੰਨ ਲਓ ਪਹਿਲਾ ਐਲੀਮੈਂਟ ਕੱਢਣਾ, ਠੀਕ ਹੈ। ਤਾਂ ਪਹਿਲਾਂ ਪਹਿਲੇ ਐਲੀਮੈਂਟ ਨੂੰ ਲਿਖ ਲੈਣਾ ਤੇ ਉਹਦੇ ਅੱਗੇ ਮਾਈਨਸ ਦਾ ਨਿਸ਼ਾਨ। ਮਾਈਨਸ ਦੀ ਪਾਵਰ ਕਿਹੜੀ ਪੈਣੀ ਹੈ, ਜਿਹੜੀ ਰੋਸ ਤੇ ਕਾਲਮਸ ਨੂੰ ਜੋੜ ਦੇਣਾ। ਸਮਝ ਲੱਗ
ਕੱਟ ਲੈ, ਇਹ 1-1 ਹੈ ਨਾ, ਇਹਨੂੰ ਲਿਖ ਲੈਣਾ, ਠੀਕ ਹੈ, ਤੇ ਇਹ ਨਾਲ ਮਾਈਨਸ ਸਾਰੇ ਐਲੀਮੈਂਟਸ ਚ ਲਾਣੇ। ਦੇਖੋ ਡਿਟਰਮੀਨੈਂਟ ਨੂੰ ਕੱਢਣ ਦੇ ਕਈ ਤਰੀਕੇ, ਜਿਹੜੀ ਮਰਜ਼ੀ ਰੋ ਜਿਹੜੇ ਮਰਜ਼ੀ ਕਾਲਮ ਨੂੰ ਲੈ ਕੇ ਕੱਢ ਸਕਦੇ ਹੋ। ਡਿਟਰਮੀਨੈਂਟ ਕੱਢਣ ਲਈ ਇੱਕ ਲਾਈਨ ਫੜਨੀ ਪੈਂਦੀ ਤਾਂ ਹੀ ਜਵਾਬ ਨਿਕਲਦਾ। ਚਾਹੇ ਤੁਸੀਂ ਲਾਈਨ ਰੋ ਫੜ ਲਓ, ਪਹਿਲੀ ਰੋ ਫੜ ਲਓ, ਦੂਜੀ ਰੋ ਫੜ ਲਓ, ਤੀਜੀ ਰੋ ਫੜ ਲਓ, ਚਾਹੇ ਪਹਿਲਾ ਕਾਲਮ ਫੜ ਲਓ, ਦੂਜਾ ਕਾਲਮ ਫੜ ਲਓ, ਤੀਜਾ ਫੜ ਲਓ। ਮੈਂ ਇੱਥੇ ਪਹਿਲੀ ਰੋ ਫੜਨ ਲੱਗੀ, ਮੈਂ ਸ਼ੁਰੂ ਤੋਂ ਪ੍ਰੈਕਟਿਸ ਪਹਿਲੀ ਰੋ ਨਾਲ ਕੀਤੀ ਹੈ, ਪਰ ਤੁਸੀਂ ਜਿਹੜੀ ਮਰਜ਼ੀ ਰੋ ਕਾਲਮ ਨਾਲ ਫੜੋਗੇ ਜਵਾਬ ਸੇਮ ਆਊਗਾ। ਹੁਣ ਮੈਂ ਪਹਿਲੀ ਰੋ ਫੜਨ ਲੱਗੀ, ਠੀਕ ਹੈ, ਪਹਿਲੀ ਰੋ ਦੇ ਦੋਵੇਂ ਨੰਬਰ ਲਿਖੀ, ਏ 1 ਨਾਲ ਲਿਖ ਲਿਆ, ਫਿਰ ਅੱਗੇ ਏ 1 ਲਿਖ ਲਿਆ, ਠੀਕ ਹੈ। ਹੁਣ ਇਹਨਾਂ ਦੇ ਨਾਲ ਮਾਈਨਸ ਦੇ ਨਿਸ਼ਾਨ ਵੀ ਆਉਣੇ ਹੁੰਦੇ ਆ, ਪਰ ਮਾਈਨਸ ਦੀ ਪਾਵਰ ਕਿਹੜੇ ਆਉਣੇ, ਕਿਤੇ ਮਾਈਨਸ ਦੀ ਪਾਵਰ ਪਲੱਸ ਬਣੂਗੀ, ਕਿਤੇ ਮਾਈਨਸ ਦਾ ਮਾਈਨਸ ਆਊਗਾ, ਉਹ ਕਿਵੇਂ ਪਤਾ ਚੱਲਦਾ? ਜੇ ਤੁਸੀਂ ਯਾਦ ਰੱਟਾ ਮਾਰੋਗੇ ਭੁੱਲ ਜਾਓਗੇ। ਲੌਜਿਕ ਕੀ ਹੈ ਕਿ ਜਿਹੜੇ ਨੰਬਰ ਤੇ ਉਹ ਬੈਠੇ, ਜਿਵੇਂ ਏ 1-1 ਹੈ ਤੇ ਇੱਥੇ ਰੋ ਕਾਲਮ 1-1 ਹੈ ਨਾ, ਉਹਨੂੰ ਜੋੜ ਕੇ ਦੇ, ਇੱਥੇ ਮਾਈਨਸ 1 ਦੀ ਪਾਵਰ ਕਿੰਨੀ ਬਣ ਗਈ, ਤੇ ਮਾਈਨਸ 1 ਦੀ ਪਾਵਰ 2 ਦਾ ਜਵਾਬ ਕੀ ਹੁੰਦਾ? ਪਲੱਸ 2 ਪਲੱਸ ਹੁੰਦਾ ਨਾ, ਤਾਂ ਇਸ ਨਾਲ ਇੱਥੇ ਜਵਾਬ ਕੀ ਆਊਗਾ? ਹੁਣ ਇੱਥੇ ਮਾਈਨਸ 1 ਦੀ ਆਹ ਏ 1-2 ਹੈ ਨਾ, ਤੇ ਯਾਨੀ ਕਿ ਪਹਿਲੀ ਰੋ ਦੂਜਾ ਕਾਲਮ ਕਿੰਨਾ ਜਵਾਬ ਆਇਆ? 3, ਤਾਂ ਮਾਈਨਸ 1 ਦੀ ਪਾਵਰ 3, ਯਾਨੀ ਕਿ ਮਾਈਨਸ ਨੂੰ 3 ਵਾਰ, ਹਾਂਜੀ ਮਾਈਨਸ 1 ਨਾਲ, ਤੇ ਆ 2 ਮਾਈਨਸ ਕੱਟੇ ਗਏ, ਆਈ 2 ਮਾਈਨਸ ਤਾਂ ਬਚਿਆ ਹੀ ਹੈ, ਤਾਂ ਇਹਦਾ ਮਤਲਬ ਇੱਥੇ ਮਾਈਨਸ ਆਉਣਾ ਹੈ। ਸਮਝ ਆ ਗਈ? ਹੁਣ ਇਹਦੇ ਨਾਲ ਨੰਬਰ ਕਿਹੜੇ ਲਿਖਣੇ? ਹਲੇ ਤਾਂ ਆਪਾਂ ਪਹਿਲੀ ਰੋ ਦੇ ਨਾਲ ਕਰਦੇ ਪਏ, ਤਾਂ ਉਹਨਾਂ ਦੇ ਨੰਬਰ ਲਿਖ ਲਏ, ਉਹਨਾਂ ਦੇ ਅੱਗੇ ਜਿਹੜੇ ਪਲੱਸ ਮਾਈਨਸ ਸਾਈਨ ਨੇ ਉਹ ਲਿਖ ਲਏ। ਹੁਣ ਉਹਨਾਂ ਦੇ ਨਾਲ ਇੱਕ ਨੰਬਰ ਹੋਰ ਲਿਖਿਆ ਨਾ, ਉਹ ਕਿਹੜਾ? ਜਿਹਨੂੰ ਫੜਿਆ, ਜਿਵੇਂ ਮੈਂ ਪਹਿਲੀ ਨੂੰ ਫੜਿਆ, ਇਹ ਤਾਂ ਰੋ ਵੀ ਛੱਡ, ਜਿਵੇਂ ਬਿੱਲੀ ਹੈ, ਬਿੱਲੀ 4 ਘਰ ਛੱਡ ਕੇ ਛਲਾਂਗ ਲਾਉਂਦੀ ਹੈ, ਉਵੇਂ ਉਸ ਨੰਬਰ ਦੀ ਰੋ ਵੀ ਛੱਡ ਦਿੰਦੀ ਹੈ ਤੇ ਕਾਲਮ ਕਾਲਮ ਵੀ ਛੱਡ ਦਿੰਦੀ ਹੈ। ਕੀ ਬਚਿਆ? ਜਿਹੜਾ ਅੱਖਰ ਬਚਿਆ ਉਹ ਲਿਖ ਦੇ, ਵਾਈ ਏ ਵਾਈ ਬਚਿਆ, ਉਹ ਜਵਾਬ, ਉਹ ਜਵਾਬ। ਹੁਣ ਏ 1-2 ਹੈ, ਆ ਵੀ ਛੱਡਦਾ ਰੋ ਕਾਲਮ, ਕਿਆ ਰੋ ਛੱਡੀ, ਕਿਹੜਾ ਬਚਿਆ? ਹੁਣ ਤੁਸੀਂ ਇਹ ਤਰੀਕਾ ਯਾਦ ਰੱਖੋਗੇ, ਜੇ 3x3 ਤਾਂ ਆਜੂਗਾ ਉੱਥੇ ਵੀ ਇਹੀ ਕਰ, 4x4 ਤਾਂ ਆਊਗਾ ਉੱਥੇ ਵੀ। ਮੈਂ ਇੱਕ ਐਗਜ਼ਾਮਪਲ ਕਰਕੇ ਦੇਖਦਾ, 2 ਹੈ ਨਾ, 2 ਏ 1-1 ਹੈ, ਯਾਨੀ ਕਿ ਮਾਈਨਸ ਦਾ ਕੀ ਬਣ ਚੁੱਕਾ ਇੱਥੇ ਦਾ? ਪਲੱਸ, ਕਿਉਂਕਿ ਮਾਈਨਸ 1 ਦੀ ਪਾਵਰ 1 ਪਲੱਸ 1 ਪਲੱਸ। ਹੁਣ ਆ ਰੋ ਛੱਡਤਾ, ਕਾਲਮ ਛੱਡਤਾ, ਕਿੰਨਾ ਜਵਾਬ ਆਇਆ? 8 ਮਾਈਨਸ 4 ਆ ਕਾਲਮ ਛੱਡਦਾ, ਰੋ ਛੱਡਦਾ, ਕਿੰਨਾ ਬਚਿਆ? ਮਾਈਨਸ 6 ਆ ਪਲੱਸ ਦਾ ਹੋ ਗਿਆ, 8 × 2 = 16 ਮਾਈਨਸ ਮਾਈਨਸ ਪਲੱਸ 6 × 4 = 24 ਕਿੰਨਾ ਜਵਾਬ ਆ ਗਿਆ? 40 ਮੈਂ ਪਹਿਲੀ ਰੋ ਨਾਲ ਫੜਦੀ ਹੁੰਦੀ ਹਾਂ, ਤੁਸੀਂ ਚਾਹੇ ਦੂਜੀ ਰੋ ਫੜ ਲਓ, ਚਾਹੇ ਤੀਜੀ ਰੋ, ਚਾਹੇ ਪਹਿਲਾ ਕਾਲਮ ਦੂਜਾ ਕਾਲਮ ਤੀਜਾ ਕਾਲਮ ਕਰਕੇ ਦੇਖਿਓ ਇੱਕ ਵਾਰ, ਇਹਨੂੰ ਟਰਾਈ ਕਰਕੇ ਦੇਖਿਓ ਕਿ ਵਾਕਈ ਮੈਡਮ ਕਹਿੰਦੇ ਜਵਾਬ ਸੇਮ ਆਉਂਦਾ, ਠੀਕ ਹੈ। 3 ਮਾਈਨਸ 4 ਤੇ ਹੁਣ ਇਹਨਾਂ ਦੇ ਅੱਗੇ ਏ 1-1 ਹੈ ਤਾਂ ਇਹਦਾ ਪਲੱਸ 0 ਗਾ, ਇਹ ਮਾਈਨਸ ਦਾ ਹੋ ਗਿਆ, ਪਲੱਸ ਹੋ ਜੂਗਾ, ਇੱਕ ਵਾਰ ਆਪਾਂ ਮਾਈਨਸ ਕਰ, ਏ 1-3 ਹੈ, ਏ ਵੀ ਪਲੱਸ ਹੁਣ ਇਹਨਾਂ ਦੇ ਮਗਰ ਬ੍ਰੈਕਟਾਂ। ਹੁਣ ਦੇਖੋ
ਪਹਿਲੀ ਇਹ ਤਿੰਨ ਨੂੰ ਫੜਿਆ, ਆਹ ਛੱਡਤਾ, ਆਹ ਛੱਡਤਾ, ਟੂ ਬਾਏ ਟੂ ਦਾ ਬਚ ਗਿਆ। ਇਹਨੂੰ ਕਿਵੇਂ ਕਰਨਾ, ਇਹਨੂੰ ਕ੍ਰੋਸ ਮਲਟੀਪਲਾਈ, ਇਹਨੂੰ ਇਹਦੇ ਨਾਲ ਮਾਈਨਸ, ਇਹਨੂੰ ਇੱਕ ਏਕਮ ਥੋੜਾ ਪੂਰਾ ਕਰ, ਇੱਕ ਗੁਣਾ ਇੱਕ ਮਾਈਨਸ ਤਿੰਨ ਗੁਣਾ ਆਹ ਕਾਲਮ ਤਿਆਰ ਹੋ, ਇੱਕ ਗੁਣਾ ਤਿੰਨ ਮਾਈਨਸ ਇੱਕ ਗੁਣਾ, ਹੁਣ ਤਿੰਨ ਨਵੇਂ ਇੱਕ ਮਾਈਨਸ ਮਾਈਨਸ ਪਲੱਸ ਤਿੰਨ ਛੇ ਕਿੰਨਾ ਗਿਆ, ਮਾਈਨਸ ਮਾਈਨਸ ਪਲੱਸ ਚਾਰ, ਇੱਕ ਮਾਈਨਸ ਮਾਈਨਸ ਪਲੱਸ ਚਾਰ ਕਿੰਨਾ ਹੋ ਗਿਆ, ਪੰਜ ਪਲੱਸ ਪੰਜ ਤਿੰਨ ਮਾਈਨਸ ਹੋ ਗਿਆ, ਜਵਾਬ ਪਹਿਲਾਂ ਇੱਕ ਨੰਬਰ ਆਇਆ, ਇੱਕ ਨੰਬਰ ਜਦੋਂ ਮੈਟ੍ਰਿਸਿਸ ਦੀ ਗੁਣਾ ਕਰਦੇ ਆ ਜੋੜ ਕਰਦੇ ਤਾਂ ਜਵਾਬ ਵੱਡਾ ਹੋ ਗਈ ਮੈਟ੍ਰਿਕਸ ਆਉਂਦਾ ਇੱਥੇ ਕੀ ਆਉਣਾ, ਇੱਥੇ ਇੱਕ ਨੰਬਰ, ਕੋਈ ਪ੍ਰੋਬਲਮ ਨਹੀਂ ਜੀ।